बाजार दे विच्चो विच्च एक सुनियारी दी दुकान, ये ओही दुकान है जिथे दुकानदार मालक वल्लों अपने गाहक नूं सेब खवाना महंगा पै गया। सेब खवाण तो बाद दुकानदार नूं इकल्लियां देख अपनापन दिखांदे होए गाहक उस नाल अजिहा हथ फेर गया कि बुजुर्ग दुकानदार दे होश उड़ गए। बुजुर्ग दुकानदार नाल होए इस कारे दी वीडियो सीसीटीवी 'च कैद हो गई। लो पहला देखो इस सारी वीडियो, फिर थानू दसते हाँ सारा मामला। तुसी देख सकते हो कि सीसीटीवी चे दोषी नौजवान नू साफ साफ देखा जा सकता है। कारा करन तो बाद दोषी अपने साथी दे मोटरसाइकिल दे पिछे बैठ मौके तो खिसकदा भी नज़र आ रहा है। मामला है गिद्दड़बाहा दा, जिथे बस अड्डे दे नेड़े मौजूद डीडी ज्वेलर्स नां दी दुकान ते दुकान दा मालक जगजीत सिंह बैठा होया सी। उस दा मुलाजम दुपहर दी रोटी खाण गया होया सी। इन्ने नूं एक गाहक दुकान ते आउंदा है ते सोने दी चैन दे नाल नाल छापा दिखाउण दी गल करदा है। सेब खांदा होया दुकानदार उस नूं सेब खाण नूं दिंदा है, फिर अपनापन दिखाउंदे होए गाहक उस नूं कुछ होर गहने दिखाउण नूं आखदा है। जद दुकानदार उस नूं गहने दिखाउण लगदा है, फिर गाहक बन के आया नौजवान बुजुर्ग नाल कुछ अजिहा काम कर जांदा है कि दुकानदार नूं भजना भी औखा हो जांदा है। ਇਹ ਰੋਟੀ ਖਾਣ ਗਿਆ ਸੀਗਾ 2 ਵਜੇ, ਉਹ ਬੰਦਾ 2:15 ਵਜੇ ਆਇਆ, ਮੈਨੂੰ ਕਹਿੰਦਾ ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੇਬ ਖਾਈ ਜਾਂਦਾ ਸੀਗਾ। ਮੈਂ ਕਿਹਾ ਜੀ ਸੇਬ ਖਾ ਲਓ, ਕਹਿੰਦਾ ਤਾਂ ਖਾ ਲੈਂਦਾ। ਉਹ ਇੱਥੇ ਬੈਠ ਗਿਆ, ਕਹਿੰਦਾ ਵੀ ਮੈਨੂੰ ਇੱਕ ਚੈਨ ਚਾਹੀਦੀ ਹੈ ਵੀ ਜਿਹੜੀ ਕੋਈ ਤੋਲੇ 2 ਤੋਲਿਆਂ ਦੇ ਕਰੀਬ ਹੋਵੇ। ਚਲੋ ਜੀ, ਮੈਂ ਕਿਹਾ ਵਿਖਾ ਦਿੰਦੇ ਜੀ। ਮੈਂ ਉਹਨਾਂ ਨੂੰ ਚੈਨਾਂ ਵਿਖਾਈਆਂ, ਜਦੋਂ ਮੈਂ ਉਹਨਾਂ ਨੂੰ ਚੈਨਾਂ ਵਿਖਾਈਆਂ ਤੇ ਉਹ ਤੋਲ ਕੇ ਕਹਿੰਦਾ ਵਿਖਾਈ ਜਾ, 1-2-3 ਚੈਨਾਂ ਤੋਲੀਆਂ। ਮੈਨੂੰ ਕਹਿੰਦਾ ਕੋਈ ਇਸ ਤੋਂ ਭਾਰੀ, ਮੈਂ ਕਿਹਾ ਜੀ ਇਸ ਤੋਂ ਭਾਰੀ ਤਾਂ ਨਹੀਂ। ਕਹਿੰਦਾ ਕੋਈ ਛਾਪ ਵਿਖਾ ਦੇ ਵੀ ਤੋਲੇ ਦੀ ਹੋਵੇ, ਜਾਂ ਕੋਈ ਛਾਪਾਂ ਵਾਲੇ ਡੱਬੇ ਵਿਖਾ ਦੇ ਵੀ ਜਿਹੜੀ ਮੇਰੀ ਪਸੰਦ ਹੋਈ ਉਹ ਮੈਂ ਲੈ ਜੂੰਗਾ। ਇੱਕ ਚੈਨ ਲੈਣੀ ਹੈ, ਇੱਕ ਛਾਪ ਲੈਣੀ ਹੈ। ਅਤੇ ਕਹਿੰਦਾ 2 ਡੱਬੇ ਲੈ ਆਓ ਜੀ, 1 ਜੈਂਟਸ 1 ਲੇਡੀਜ਼। ਚਲੋ ਜੀ, ਜਦੋਂ ਮੈਂ ਲੈਣ ਗਿਆ ਮੇਰਾ ਮੂੰਹ ਦੂਜੇ ਪਾਸੇ ਹੋਇਆ। ਜਦੋਂ ਦੂਜੇ ਪਾਸੇ ਹੋਇਆ ਵੀ 2 ਮਿੰਟ ਲੱਗ ਜਾਂਦੇ ਜੀ ਪੇਟੀ 'ਚੋਂ ਸਮਾਨ ਕੱਢਣ ਲੱਗਿਆ। ਜਦੋਂ ਮੈਂ ਆ ਕੇ ਵੇਖਿਆ ਤਾਂ ਉਹ ਚੈਨਾਂ ਸਾਰੀਆਂ ਚੁੱਕ ਕੇ ਭੱਜ ਚੁੱਕਿਆ ਸੀਗਾ। ਮੈਂ ਇਕੱਲਾ ਦੁਕਾਨ 'ਤੇ ਸੀਗਾ ਜੀ, ਅਤੇ ਮੈਂ ਜ਼ਿਆਦਾ ਤੁਰ ਵੀ ਨਹੀਂ ਸਕਦਾ ਨਾ ਭੱਜ ਸਕਦਾ ਵਾਂ। ਅਤੇ ਇਸ ਕਰਕੇ ਜਿੰਨਾ ਚਿਰ ਨੂੰ ਨਾ ਮੈਂ ਬਾਹਰ ਜਾ ਸਕਦਾ ਜੀ, ਮੈਂ ਆਪਣੀ ਪੇਟੀ ਲੌਕ ਕਰੀ ਹੋਊਗਾ। ਫਿਰ ਮੈਂ ਬਾਹਰ ਗਿਆ, ਵੇਖਿਆ ਉਹ ਭੱਜ ਚੁੱਕਿਆ ਸੀ। ਅਤੇ ਮੈਂ ਡੱਬਾ ਵੇਖਿਆ, ਪਹਿਲਾਂ ਵੇਖ ਲਿਆ ਡੱਬਾ ਖਾਲੀ ਸੀਗਾ। ਮੈਨੂੰ ਪਤਾ ਲੱਗ ਗਿਆ ਸੀਗਾ ਵੀ ਭੱਜ ਗਿਆ ਵੀ ਚੋਰ ਆ। ਉਦੋਂ ਦਾ ਫਿਰ ਮੈਂ ਨਾਲ 2 ਬੰਦੇ ਲੈ ਕੇ ਥਾਣੇ ਗਿਆ, ਦਰਖਾਸਤ ਦੇ ਕੇ ਆ ਜੀ। ਉਹਦੀ ਮੇਰੇ ਕੈਮਰੇ ਲੱਗੇ ਜੀ, ਉਹਦੀ ਸਾਫ਼ ਫੋਟੋ ਆ ਗਈ ਹੈ ਜੀ ਵਿੱਚ। ਅਤੇ ਉਹ 2 ਜਣੇ ਸੀ ਮੋਟਰਸਾਈਕਲ, ਉਹਨਾਂ ਨੇ ਪਾਸੇ ਖਿਲਾ ਲਿਆ ਸੀ। 1 ਜਣਾ ਹੀ ਆਇਆ ਸੀ ਅੰਦਰ, ਉਹ ਜੋ ਚੈਨਾ ਲੈ ਕੇ ਭੱਜਿਆ। ਉਹ 1 ਮਿੰਟ ਜੀ ਬਾਅਦ ਭੱਜ ਕੇ ਜਿਹੜੇ ਮੁੜ ਕੇ ਲੱਭੇ। ਨੁਕਸਾਨ ਦੀ ਗੱਲ ਕਰੀਏ ਤਾਂ ਜਗਜੀਤ ਸਿੰਘ ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਜੀ 6 ਚੈਨਾਂ ਸੀਗਾ, ਮੰਨ ਲਓ ਵੀ 6 ਤੋੜਿਆ ਤੋਂ ਥੋੜ੍ਹੀਆਂ ਜਾਂ ਉੱਤੇ ਹੋਣਗੀਆਂ ਵੀ ਕੋਈ 1.25 ਤੋੜਿਆ, ਕੋਈ ਜ਼ਿਆਦਾ, ਕੋਈ ਥੋੜ੍ਹੀ ਮੋਟੀ ਹਲਕੀ, ਵੀ ਜਾਣੀ ਕਿ ਐਸਟੀਮੇਟ 3 ਲੱਖ ਰੁਪਈਏ ਦਾ ਨੁਕਸਾਨ ਹੋਇਆ ਜੀ। ਪ੍ਰਸ਼ਾਸਨ ਇਹੀ ਹੈ ਜੀ ਵੀ ਉਹਨਾਂ ਨੂੰ ਛੇਤੀ ਤੋਂ ਛੇਤੀ ਚੋਰ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਮੇਰਾ ਸੋਨਾ ਮੈਨੂੰ ਵਾਪਸ ਦਵਾਇਆ ਜਾਵੇ। फिलहाल इस मामले च पीड़ित दुकानदार ने पुलिस नूं शिकायत दर्ज करवा दिती है ते पुलिस वालों की जाने वाली कार्रवाई का इंतजार कर रहा है। हकीकत टीवी पंजाबी लई गिद्दड़बाहा तों सोनी डल्ला की रिपोर्ट।
ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਤ੍ਰੈਕਾਲ ਭੈਰਵ ਜੋਤਿਜ ਸੰਸਥਾਨ ਪੰਡਿਤ ਕੇ ਆਚਾਰੀਆ। ਸੰਪਰਕ ਕਰੋ 93525-75867। 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਖੋਇਆ ਪਿਆਰ ਵਾਪਸ ਪਾਉਣਾ, ਪਿਆਰ ਚ ਧੋਖਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਮੋਹਣੀ ਵਸ਼ੀਕਰਨ ਕਰਾਓ, ਮਨ ਚਾਹ ਪਿਆਰ ਪਾਓ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਅਤੇ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਪਿਆਰ ਚ ਤੜਫਦਾ ਦੇਖੋ। ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ 93525-75867।